ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਫਿਰੋਜ਼ਪੁਰ ਚ ਦਿਨ ਬ ਦਿਨ ਲੁੱਟ ਖੋ ਦੀਆਂ ਘਟਨਾਵਾਂ ਚ ਵਾਧਾ ਹੁੰਦਾ ਜਾ ਰਿਹਾ ਹੈ। ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਛਾਉਣੀ ਚ ਡੀਏਵੀ ਕਾਲਜ ਦੇ ਨੇੜੇ ਇੱਕ ਵਿਅਕਤੀ ਤੋਂ 3 ਲੱਖ ਦੀ ਨਕਦੀ ਅਤੇ ਸਟੈਂਪ ਪੇਪਰ ਅਤੇ ਟਿਕਟਾਂ ਵਾਲਾ ਬੈਗ ਲੁੱਟ ਲਿਆ ਗਿਆ ਤੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀ ਹੈ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਅਮਨ ਤੰਗੜ ਦੀ ਰਿਪੋਰਟ। ਜੀ ਤੇ ਕਿੱਥੋਂ ਤੁਹਾਡੇ ਕੋਲੋਂ ਜਿਹੜਾ ਖੋਇਆ ਜਾਂ ਕੀ ਹੋਇਆ, ਕੀ ਸੀਗਾ ਪੂਰਾ ਮਾਮਲਾ? ਟੱਕਰ ਮਾਰ ਰਿਹਾ ਸੀ ਜੀ, ਤੇ ਮੇਰੇ ਕੋਲੋਂ ਇਹਨਾਂ ਨੇ ਟੱਕਰ ਮਾਰੀ ਮੇਰੇ ਸਕੂਟਰ 'ਚ। ਮੁੰਡੇ 3 ਮੁੰਡੇ ਜੀ, ਉਹਨਾਂ ਨੇ ਪੰਨਾ ਬੰਨਿਆ ਹੋਇਆ ਸੀ ਅਤੇ ਉਹਨਾਂ ਕੋਲ ਕਾਪੇ ਸੀ ਇਹਨਾਂ ਕੋਲ ਜੀ, ਅਤੇ ਉਹਨਾਂ ਨੇ ਮੇਰਾ ਜਦੋਂ ਮੈਂ ਉੱਠਿਆ ਉਹਨਾਂ ਨੂੰ ਦੇਖਣ ਵਾਸਤੇ ਉਹਨਾਂ ਨੇ ਮੇਰਾ ਬੈਗ ਚੱਕ ਕੇ ਭੱਜ ਗਏ ਜੀ। ਤੁਸੀਂ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਅਤੇ ਕਿੱਥੇ ਜਾ ਰਹੇ ਸੀ? ਡੀਸੀ ਵਿੱਚ ਕੰਮ ਕਰਦੇ ਸਟੈਂਪ ਵੈਂਡਰ ਦਾ, ਅਤੇ ਮੈਂ ਆਪਣੇ ਘਰ ਜਾ ਰਿਹਾ ਜੀ। ਅਤੇ ਕਿੰਨੇ ਪੈਸੇ ਸੀਗੇ ਬੈਗ ਦੇ ਵਿੱਚ? ਹੋਰ ਕੀ ਸਮਾਨ? 3 ਲੱਖ ਰੁਪਏ ਕੈਸ਼ ਸੀ ਜੀ, 2 ਰਿਕਸ਼ੇ ਸੀ, 10,000 ਦੀ 10,000 ਦੀ ਡਰਾਈਵਿੰਗ ਟੈਂਪ ਸੀ ਅਤੇ 4,000 ਟਿਕਟਾਂ ਸੀ ਜੀ। ਅਤੇ ਕਿਹੜੇ ਚੌਂਕ ਦੇ ਵਿੱਚ ਵਾਕਿਆ ਹੋਇਆ ਜੀ? ਡੀ ਏ ਵੀ ਕਾਲਜ ਦੇ ਕੋਲ ਜੀ। ਅਤੇ ਹੁਣ ਸਮਾਂ ਕਿੰਨਾ ਹੋਇਆ? 6 ਵਜੇ ਜੀ, 6 ਵਜੇ। ਦਿਨ ਦਿਹਾੜੇ ਇੱਦਾਂ ਲੁੱਟ ਖੋ ਹੋ ਰਹੀ ਹੈ, ਕਿੱਦਾਂ ਦੇਖਦੇ ਹੋ? ਬੜਾ ਬੁਰਾ ਹਾਲ ਆ ਜੀ, ਬਸ ਫਿਰ ਤਾਂ ਹੁਣ ਇੰਡੀਆ ਛੱਡਣਾ ਪੈਣਾ ਜੀ ਸਾਨੂੰ ਸਾਰਿਆਂ ਨੂੰ। ਪੁਲਿਸ ਨੂੰ ਫੋਨ ਕੀਤਾ ਜੀ ਤੁਸੀਂ? ਹਾਂ, ਪੁਲਿਸ ਨੂੰ ਆਈ ਸੀ ਜੀ, ਬਸ ਇਨਕੁਆਇਰੀ ਚਲੀ ਗਈ ਬਸ। ਤੇ ਕਿੱਦਾਂ ਦੇਖਦੇ ਹੋ ਕਿ ਇੱਦਾਂ ਜੇ ਹੋਣਗੀਆਂ ਤਾਂ ਕੀ ਬਣੇਗਾ ਜੀ? ਭਾਈ ਮੈਂ ਕਹਿੰਦਾ ਸਾਨੂੰ ਆਤਮ ਹੱਤਿਆ ਕਰਨੀ ਪੈਣੀ ਜੀ। ਸਾਡੇ ਹੁਣ 4 ਲੱਖ ਰੁਪਈਆ ਦੱਸੋ ਮੇਰਾ ਕਦੋਂ ਪੂਰਾ ਹੋਏਗਾ ਜੀ? ਸਾਰੀ ਉਮਰ ਨਹੀਂ ਮੈਨੂੰ ਬਣਨਾ ਜੀ, ਸਾਨੂੰ ਫਿਰ ਮਰਨਾ ਹੀ ਪੈਣਾ। ਕੀ ਮੰਗ ਕੀ ਕਰਦੇ ਪ੍ਰਸ਼ਾਸਨ? ਜਾਂ ਤੁਹਾਨੂੰ ਕੀ ਮੰਗ ਕਰਨੀ ਜੀ? ਪ੍ਰਸ਼ਾਸਨ ਨੇ ਕੁਛ ਕਰਨਾ ਹੀ ਨਹੀਂ ਜੀ। ਤੁਹਾਨੂੰ ਪਤਾ ਕਿੰਨੀਆਂ ਕਿਵੇਂ ਪੈਸੇ ਖੋਏ ਆ, ਕਿਸੇ ਕੋਈ ਮਿਲੇ ਕਿਸੇ ਦੇ ਪੈਸੇ? ਬਸ ਇਹਨਾਂ ਨੇ ਇਨਕੁਆਇਰੀ ਕਰਨੀ, ਬਸ ਖਤਮ ਹੋਇਆ ਕੰਮ ਜੀ। ਕੀ ਨਾਮ ਹੈ ਸਰ ਤੁਹਾਡਾ? ਵਿਕਾਸ ਬੰਸਲ ਜੀ। ਇਹ ਬੜੀ ਬਦਬਾਗੀ ਘਟਨਾ, ਔਰ ਮੈਂ ਤਾਂ ਹਮੇਸ਼ਾ ਉੱਪਰ ਵੀ ਧਿਆਨ 'ਚ ਲਿਆਉਂਦਾ ਕਿ ਤੁਹਾਨੂੰ ਵੀ ਪਤਾ ਵੀ ਲੁੱਟ ਸੁੱਟ ਕਰਨ ਵਾਲਿਆਂ ਦੀਆਂ ਅਤੇ ਗੈਂਗਸਟਰਾਂ ਦੀਆਂ ਜ਼ਬਾਨਤਾਂ ਕੌਣ ਕਰਾਉਂਦੇ ਨੇ। ਮੈਂ ਹੁਣ ਵੀ ਪੁਲਿਸ ਅਫਸਰਾਂ ਨੂੰ ਕਿਹਾ ਕਿ ਛਾਣਬੀਨ ਕਰੋ ਵੀ ਜਿਹੜੇ ਕ੍ਰਿਮੀਨਲ ਦੀਆਂ ਜ਼ਬਾਨਤਾਂ ਕਰਾਉਂਦੇ ਆ ਉਹਨਾਂ ਨੂੰ ਪੁੱਛੋ, ਉੱਥੋਂ ਸਾਰਾ ਕੁਛ ਲੱਭ ਜਾਣਾ। ਔਰ ਕਿਉਂਕਿ ਜਿਹੜੀਆਂ ਸ਼ਕਲਾਂ ਦਿਖ ਰਹੀਆਂ, ਇੱਕ ਐਕਸੀਡੈਂਟ ਵੇ ਨਾਲ ਠੋਕ ਕੇ ਮੋਟਰਸਾਈਕਲ ਪੈਸੇ ਖੋਏ ਗਏ ਆ, ਔਰ ਉਹ ਪੁਲਿਸ ਆਫਿਸਰਸ ਨੇ ਦੱਸਿਆ ਵੀ ਉਹਨਾਂ ਦੀ ਕੋਈ ਗਿਣਤੀ ਉਹਨਾਂ ਕੋਲ ਅਜੇ ਹੈ ਨਹੀਂ। ਵਿਚਾਰੀ ਜਦੋਂ ਹੰਬਲ ਜਾਂਦਾ ਬੰਦਾ ਆਰਾਮ ਨਾਲ ਵੇਖ ਕੇ ਦੱਸਣਗੇ ਰਿਕਾਰਡ ਵੀ ਕਿੰਨੇ ਪੈਸੇ ਐਗਜੈਕਟਲੀ ਗਏ ਨੇ। ਔਰ ਪੁਲਿਸ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ, ਸਾਰੇ ਅਫਸਰ ਸਾਹਿਬਾਨ ਖੜੇ ਨੇ, ਕੈਮਰੇ ਖੋਲੇ ਜਾ ਰਹੇ, ਔਰ ਜਲਦੀ ਲੱਭ ਲਵਾਂਗੇ। ਸਰ ਲਗਾਤਾਰ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮੋਬਾਈਲ ਸਨੈਚਿੰਗ ਜਾਂ ਪਰਸ ਸਨੈਚਿੰਗ ਐਵੇਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ, ਜਦਕਿ ਪੁਲਿਸ ਘੱਲੂਘਾਰਾ ਦਿਵਸ ਚੱਲਦੇ ਹੋਣ ਦੇ ਬਾਵਜੂਦ ਅਲਰਟ ਤੇ ਆ, ਪੂਰਾ ਫਿਰੋਜ਼ਪੁਰ ਅਲਰਟ ਤੇ ਕੀਤਾ ਗਿਆ, ਫਿਰ ਵੀ ਐਵੇਂ ਦੀਆਂ ਘਟਨਾਵਾਂ ਹੋਣਾ ਆਪਦੇ ਆਪ 'ਚ ਬੜੀ ਵੱਡੀ ਗੱਲ ਹੈ ਜੀ। ਦੇਖੋ ਜੀ, ਪਿਛਲੀਆਂ ਸਰਕਾਰਾਂ ਨੇ 25 ਸਾਲ ਗੁੰਡੇ ਪੈਦਾ ਕੀਤੇ ਆ, ਤੁਹਾਨੂੰ ਵੀ ਪਤਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਨਾਮਸ਼ਹੂਰ ਨੇ MLA ਦੀ ਗੱਡੀਆਂ ਦੇ ਵਿੱਚ ਕਿਹੜੇ ਬੰਦੇ ਬਹਿੰਦੇ ਸੀ, ਉਹਨਾਂ ਦੀਆਂ ਫੋਟੋਆਂ ਆ ਗਈਆਂ, ਕਿੰਨੇ ਪਰਚੇ ਉਹਨਾਂ ਦੇ, ਕਿਤੇ 307 ਦਾ, ਕਿਤੇ ਕੁਛ ਦਾ, ਕਿਸੇ ਦਾ ਫੀਮ ਦਾ। ਸੋ ਜਦੋਂ ਅਸੀਂ ਸਾਡੇ ਲੀਡਰ ਸਾਹਿਬਾਨ ਕ੍ਰਿਮੀਨਲ ਲੋਕਾਂ 'ਤੇ ਹੱਥ ਰੱਖਣਗੇ ਤਾਂ ਕ੍ਰਾਈਮ ਵਧੂਗਾ, ਲੇਕਿਨ ਮਾਨ ਸਾਹਿਬ ਦੀ ਸਰਕਾਰ ਪੂਰੀ ਸਖਤੀ ਦੇ ਨਾਲ ਅਸੀਂ ਇਹਨੂੰ ਨਜਿੱਠ ਰਹੇ ਹਾਂ, ਔਰ ਪੂਰੀ ਸਖਤੀ ਦੇ ਨਾਲ ਅਫਸਰ ਸਾਹਿਬਾਨ ਨੂੰ ਕਿਹਾ ਗਿਆ ਵੀ ਔਰ ਕੋਈ ਪੋਲੀਟੀਕਲ ਇੰਟਰਵੈਂਸ਼ਨ ਹੈ ਨਹੀਂ, ਗੁੰਡਾਗਰਦੀ ਨੂੰ ਰੋਕਣ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਤਿਆਰ ਆ, ਔਰ ਸਾਡੀ ਫੋਰਸ ਤਿਆਰ ਆ, ਔਰ ਇਹ ਦਿਨ ਬ ਦਿਨ ਘਟੀ ਆ। ਜੇ ਆਪਾਂ ਠੀਕ ਆ ਤੁਹਾਡੀ ਗੱਲ, ਇੱਦਾਂ ਦੀਆਂ ਵਾਰਦਾਤਾਂ ਹੁੰਦੀਆਂ, ਪਰ ਕੰਪੈਰੇਟਿਵਲੀ ਅੱਜ ਹਰ ਬੰਦੇ ਨੂੰ ਬੋਲਣ ਦਾ ਅਧਿਕਾਰ ਆ, ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ, ਕਿਉਂਕਿ ਲੋਕਾਂ ਦੀ ਸਰਕਾਰ ਆ। ਸੋ ਤੁਸੀਂ ਸਰ ਹੁਣ ਤੁਹਾਡੀ ਸਰਕਾਰ ਆ, ਫਿਰ ਵੀ ਲੁੱਟਾਂ ਖੋਹਾਂ ਹੋ ਰਹੀਆਂ, ਲਗਾਤਾਰ ਹੋ ਰਹੀਆਂ, ਫਿਰ ਵੀ 1 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ। ਮੈਂ ਤੁਹਾਨੂੰ ਬੰਦਾ ਇੱਕੋ ਹੀ ਜਵਾਬ ਦਊਂਗਾ ਕਿ ਜਿਹੜੇ ਨਸ਼ੇੜੀ ਨੇ ਉਹ ਰੋਜ਼ ਆਪਦੀਆਂ ਮਾਵਾਂ ਨੂੰ ਕੁੱਟਦੇ ਆ, ਔਰ ਹਰ ਪਿੰਡ 'ਚ 8 ਤੋਂ